ਸਤਿ ਸ਼੍ਰੀ ਅਕਾਲ ਜੀ, ਮਡਰਾਸ ਸਿੱਧੂ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਲਓ ਜੀ, ਅੱਜ ਆਪਾਂ ਇੱਕ ਨਵਾਂ ਬਲੌਗ ਲੈ ਕੇ ਹਾਜ਼ਰ ਹੋ ਗਏ ਹਾਂ ਅਤੇ ਟਾਈਮ ਹੋ ਗਿਆ 9:30 ਦਾ। ਦਿਨ ਹੈਗਾ ਜੀ ਅੱਜ ਵੀਰਵਾਰ ਅਤੇ ਤਰੀਕ ਹੈਗੀ 25 ਜਨਵਰੀ, ਕੱਲ੍ਹ ਨੂੰ ਹੈਗੀ 26 ਜਨਵਰੀ, ਰਿਪਬਲਿਕ ਡੇ ਆ। ਅਤੇ ਲਓ ਜੀ, ਹੁਣ ਆਪਾਂ ਇੱਥੇ ਲੱਗੇ ਸੀਗੇ ਸਾਫ਼ ਸਫਾਈ ਕਰਨ ਵਾਸਤੇ, ਕਿਚਨ ਦਾ ਸਾਰਾ ਕੰਮ ਕਰਿਆ ਹੀ ਆਪਾਂ। ਰਹਿੰਦੇ ਆ ਫੁਲਕੇ, ਜਿਹੜਾ ਥੋੜ੍ਹੇ ਲੇਟ ਬਣਨਗੇ ਤਾਂ ਮਨਵੀਰ ਸਕੂਲ ਜਾ ਚੁੱਕਿਆ ਆ, ਬਾਕੀ ਸਾਰੇ ਹੁਣੇ ਲੇਟ ਹੀ ਉੱਠੇ ਆ। ਇਸ ਕਰਕੇ ਹੁਣ ਮੈਂ ਬਾਹਰ ਦੀ ਸਫਾਈ ਕਰਤੀ, ਕਿਚਨ ਦਾ ਕੰਮ ਕਰਿਆ ਅਤੇ ਹੁਣ ਮੈਂ ਲੱਗੀ ਸੀਗੀ ਇੱਥੋਂ ਦੀ ਸਾਫ਼ ਸਫਾਈ ਕਰਨ ਵਾਸਤੇ। ਅਤੇ ਆਸ਼ਾ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ, ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ ਅਤੇ ਤੰਦਰੁਸਤ ਹੀ ਰਹੋ ਜੀ। ਅਤੇ ਐਵੇਂ ਹੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ, ਵਲੌਗ ਨੂੰ ਪਿਆਰ ਦਿੰਦੇ ਰਹੋ, ਅਤੇ ਜਿਹੜੇ ਵੀ ਦੇ ਰਹੇ ਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਜੀ। ਅਤੇ ਹਾਂਜੀ, ਇੱਕ ਹੋਰ ਹੈ ਕਿ ਤੁਸੀਂ ਵਲੌਗ ਪੂਰਾ ਵਾਚ ਕਰਿਓ, ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇ ਤੁਸੀਂ ਪਹਿਲੀ ਵਾਰ ਅਜੇ ਕੀਤਾ ਹੋਇਆ, ਤਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਚਲੋ ਜੀ, ਹੁਣ ਮੈਂ ਕਰਦੀ ਇੱਥੇ ਸਾਫ਼ ਸਫਾਈ, ਫਿਰ ਮਿਲਦੇ ਆਪਾਂ ਬਾਅਦ ਵਿੱਚ। ਜਿਵੇਂ ਸਾਰੇ ਕਮਰਿਆਂ 'ਚ ਲੋਬੀ 'ਚ ਝਾੜੂ ਕੱਢਤਾ ਸੀ ਅਤੇ ਹੁਣ ਮੈਂ ਲੱਗ ਗਈ ਸੀ ਇੱਥੇ ਪੋਚਾ ਲਾਉਣ ਵਾਸਤੇ। ਅਤੇ ਪੋਚਾ ਲਾਉਣ ਤੋਂ ਪਹਿਲਾਂ ਮੈਨੂੰ ਚੋਰਾਂ ਤਰ੍ਹਾਂ ਚਾਰੇ ਪਾਸੇ ਝਾਕਣਾ ਪੈਂਦਾ, ਜਿੱਦਾਂ ਚੋਰ ਚੋਰੀ ਕਰਨ ਤੋਂ ਪਹਿਲਾਂ ਇੱਧਰ ਉੱਧਰ ਝਾਕਦੇ ਆ, ਸਾਰੀ ਜਗ੍ਹਾ ਦਾ ਨਿਰੀਖਣ ਕਰਦੇ ਆ, ਇੱਦਾਂ ਹੀ ਮੈਨੂੰ ਵੀ ਕਰਨਾ ਪੈਂਦਾ। ਇਹ ਇਸ ਕਰਕੇ ਕਰਨਾ ਪੈਂਦਾ ਕਿਉਂਕਿ ਮੈਨੂੰ ਐਂ ਹੁੰਦਾ ਵੀ ਹੁਣ ਮੈਂ ਪੋਚਾ ਲਾ ਰਹੀ ਹਾਂ ਤਾਂ ਸਾਰੇ ਬਾਹਰ ਹੈ ਤਾਂ ਬਾਹਰ ਹੀ ਰਹਿਣ, ਕੋਈ ਵੀ ਪਾ ਕੇ ਗਿੱਲੇ ਥਾਂ 'ਤੇ ਪੈੜਾਂ ਨਾ ਪਾ ਦੇਣ, ਕਿਉਂਕਿ ਫਿਰ ਸਾਰੀ ਮਿਹਨਤ ਕੀਤੀ ਖਰਾਬ ਹੋ ਜਾਂਦੀ ਹੈ ਜਦੋਂ ਨਾ ਗਿੱਲੇ ਥਾਂ 'ਤੇ ਪੈੜਾਂ ਜੀਆਂ ਪੈ ਜਾਂਦੀਆਂ, ਹੋਰ ਵੀ ਫਰਸ਼ ਗੰਦੀ ਲੱਗਣ ਲੱਗ ਜਾਂਦੀ ਆ। ਅਤੇ ਵੈਸੇ ਵੀ ਨਾ ਸਾਡੇ ਇੱਥੇ ਜਿਹੜਾ ਮੈਟ ਆ ਉਹ ਸੋਫਟ ਜਿਹਾ ਆ, ਉਸ ਤੋਂ ਜ਼ਿਆਦਾ ਮਤਲਬ ਜਿਵੇਂ ਚੱਪਲ ਵਗੈਰਾ ਜਾਂ ਸ਼ੂਜ਼ ਵਗੈਰਾ ਸਾਫ਼ ਕਰਕੇ ਉਹਨਾਂ ਤੋਂ ਜ਼ਿਆਦਾ ਸਾਫ਼ ਨਹੀਂ ਹੁੰਦੇ। ਚਾਹੇ ਸਰਦੀਆਂ ਦੇ ਵਿੱਚ ਰੇਤਾ ਤਾਂ ਨਹੀਂ ਹੁੰਦਾ, ਪਰ ਬਾਹਰੋਂ ਜਿਵੇਂ ਗਿੱਲੀ ਮਿੱਟੀ ਲੱਗ ਕੇ ਸ਼ੂਜ਼ ਨਾਲ ਆਈ ਜਾਂਦੀ ਹੈ ਅਤੇ ਉਹ ਫਿਰ ਚੰਗੀ ਤਰ੍ਹਾਂ ਸਾਫ਼ ਕਰਨੀ ਪੈਂਦੀ ਹੈ। ਸਰਦੀਆਂ ਦੇ ਵਿੱਚ ਤਾਂ ਵੈਸੇ ਵੀ ਫਰਸ਼ ਹੌਲੀ ਹੌਲੀ ਸੁੱਕਦੀ ਹੈ, ਚਾਹੇ ਪੱਖਾ ਚਲਾ ਦਿਉ ਤਾਂ ਵੀ ਹੌਲੀ ਹੌਲੀ ਸੁੱਕਦੀ ਆ। ਅਤੇ ਮੈਂ ਜੀ ਇੱਥੇ ਪੋਚਾ ਲਾ ਕੇ ਹਟੀ ਸੀਗੀ ਅਤੇ ਡੈਡੀ ਜੀ ਆ ਗਏ, ਔਰ ਡੈਡੀ ਜੀ ਨੇ ਕਿਤੇ ਜਾਣਾ ਸੀ ਅਤੇ ਡੈਡੀ ਜੀ ਹੋ ਕੇ ਹੋਣ ਲੱਗ ਗਏ ਸੀਗੇ ਤਿਆਰ, ਅਤੇ ਜਿਸ ਕਾਰਨ ਤਾਂ ਗਿੱਲੀ ਫਰਸ਼ 'ਤੇ ਪੈੜਾਂ ਪੈ ਗਈਆਂ ਸੀਗੀਆਂ ਕਿਉਂਕਿ ਪੱਖਾ ਵੀ ਉਹਨਾਂ ਨੇ ਫਿਰ ਬੰਦ ਕਰਤਾ। ਇੱਕ ਸਾਰੀ ਲੋਬੀ ਹੈਗੀ ਲੰਬੀ, ਇੱਕ ਤਰਫ ਤਾਂ ਹਵਾ ਜਾਂਦੀ ਹੈ ਪੱਖੇ ਦੀ ਅਤੇ ਦੂਸਰਾ ਪਾਸਾ ਜਿਹੜਾ ਉਹ ਪੱਖਾ ਖਰਾਬ ਹੈ, ਫਿਰ ਉੱਧਰੋਂ ਸੁੱਕਦਾ ਨਹੀਂ ਗਾ। ਹਾਲਾਂਕਿ ਮੈਂ ਪਹਿਲਾਂ ਉੱਧਰੋਂ ਲਾ ਦਿੰਦੀ ਹਾਂ ਵੀ ਜਿੱਧਰੋਂ ਮੈਨੂੰ ਲੱਗਦਾ ਵੀ ਇੱਥੇ ਤੋਰਾ ਫੇਰਾ ਹੋਊਗਾ, ਪਰ ਫਿਰ ਵੀ ਜਿਹੜਾ ਇਹ ਸੁੱਕਦਾ ਨਹੀਂ ਗਾ। ਹਾਂਜੀ, ਹੁਣ ਆਪਾਂ ਹੋਏ ਸੀਗੇ ਫ੍ਰੀ, ਤਾਂ ਫ੍ਰੀ 'ਤੇ ਕੀ ਕੰਮ ਬਹੁਤ ਹੈ, ਬਸ ਇੰਨਾ ਵੀ ਬਾਹਰ ਧੁੱਪ ਨਹੀਂ ਨਿਕਲੀ, ਇਸ ਕਰਕੇ ਥੋੜ੍ਹਾ ਟਾਈਮ ਚਲੋ ਗਏ ਰੈਸਟ ਕਰ ਲਈਏ। ਇਹ ਅਸੀਂ ਵੀ ਹੁਣ ਇੱਕ ਮੈਰਿਜ ਫੰਕਸ਼ਨ ਹੋਰ ਆ ਰਿਹਾ, ਇਸ ਕਰਕੇ ਕਰਨੀ ਹੈ ਮੈਂ ਥਰੈਡਿੰਗ, ਅਤੇ ਥਰੈਡ ਮੈਨੂੰ ਚਲਾਉਣਾ ਆਉਂਦਾ, ਇਸ ਕਰਕੇ ਮੈਂ ਘਰੇ ਕਰ ਲੈਂਦੀ ਕਿਉਂਕਿ ਕਈ ਵਾਰ ਮਾਰਕੀਟ ਜਾਣ ਦਾ ਟਾਈਮ ਨਹੀਂ ਵੀ ਹੁੰਦਾ ਗਾ। ਅਤੇ ਇੱਕ ਜੀ ਮੈਂ ਬਾਹਰ 'ਤੇ ਲਾਉਣੀ ਸੀ ਮਹਿੰਦੀ, ਲਾਈਨ ਨੂੰ ਤਾਂ ਥੋੜ੍ਹੇ ਦਿਨ ਹੀ ਹੋਏ ਸੀਗੇ, ਪਰ ਉਹ ਨਾ ਪਤਾ ਨਹੀਂ ਪੈਕਿੰਗ ਖੋਲ੍ਹੀ ਹੋਈ ਸੀ ਕਈ ਟਾਈਮ ਦੀ, ਤਾਂ ਮਤਲਬ ਉਹਨੇ ਅਸਰ ਜਿਹਾ ਨਹੀਂ ਕੀਤਾ ਇੰਨਾ। ਅਤੇ ਬਸ ਮੈਂ ਅੱਗੇ ਅੱਗੇ ਲਾ ਲੈਂਦੀ ਹੁਣ, ਜਿਹਨਾਂ ਹੇਅਰ ਸਟਾਈਲ ਵਧੀਆ ਬਣ ਜਾਂਦਾ ਆ। ਫੋਨ 'ਚ ਹੋਊਗਾ ਡਾਇਰੀ 'ਚ ਹੋਊਗਾ? ਡਾਇਰੀ ਜਿਹੜਾ ਮੈਂ ਲਿਖਿਆ ਸੀਗਾ ਆਟਾ ਮੁੱਕ ਗਿਆ, ਚੱਕੀ ਵਾਲੇ ਦਾ ਨੰਬਰ ਭੁੱਲ ਗਏ। ਚਾਹ ਹੁੰਦੀ ਸਾਰਾ ਦਿਨ, ਚਾਹ ਹੋਰ ਵਧੀਆ। ਮੈਨੂੰ ਤਾਂ ਲੈ ਕੇ ਨੀ ਜਾਣਾ ਨਾਲ, ਖਾਏ ਟਿੱਕੀ ਸ਼ਾਮ ਨੂੰ ਥੋੜਾ ਟਾਈਮ ਹੁੰਦਾ, ਪਤਾ ਹੀ ਮੈਂ ਰੋਜ਼ ਕਹਿੰਦੀ। ਚਲੋ ਚਾਹ ਬਣਾਉਂਦੇ ਹਾਂ, ਅਤੇ ਮਨਵੀਰ ਨੇ ਖਾਣੀ ਹੈ ਦਾਲ ਵਾਲੀ ਪੂਰੀ, ਅਤੇ ਉਹਨੂੰ ਬਣਾ ਕੇ ਦਿੰਦੀ ਹਾਂ ਦਾਲ ਦੇ ਵਿੱਚ ਪੂਰੀ ਕੱਟ ਕੇ ਦਿੰਦੀ ਹਾਂ, ਕਹਿੰਦੇ ਬਣਦੀ ਹੈ ਚਾਹ। ਚਲੋ ਜੀ, ਅੱਜ ਹੈਗੀ ਪੁੰਨਿਆ, ਅਤੇ ਪੁੰਨਿਆ 'ਤੇ ਅਸੀਂ ਬਾਬਾ ਖੇਤਰਪਾਲ ਜੀ ਦੇ ਮੰਦਰ ਮੱਥਾ ਟੇਕ ਕੇ ਆਉਂਦੇ ਹੁੰਦੇ ਹਾਂ, ਅਤੇ ਹੁਣ ਮੈਂ ਜਾ ਰਹੀ ਸੀਗੀ ਮੱਥਾ ਟੇਕਣ ਵਾਸਤੇ। ਲਓ ਜੀ, ਆਪਾਂ ਆ ਗਏ ਬਾਬਾ ਜੀ ਦੇ ਮੰਦਰ 'ਤੇ ਮੱਥਾ ਟੇਕਣ ਵਾਸਤੇ। ਹਾਂ ਮੰਮੀ, ਉੱਥੇ ਨਾ ਇੱਕ ਆਂਟੀ ਮੱਥਾ ਟੇਕਣ ਆਈ ਸੀਗੀ, ਅਤੇ ਮੈਨੂੰ ਕਹਿੰਦੇ ਨਾ ਵੀ ਬਾਬੇ ਦਾ ਦਿਨ ਕਦੋਂ ਮਨਾਉਂਦੇ ਆ, ਮੈਂ ਕਿਹਾ ਵੀ ਹਾੜ 'ਚ ਮਨਾਉਂਦੇ ਆ, ਅਤੇ ਕਹਿੰਦੇ ਨਾ ਅਸੀਂ ਪਹਿਲੀ ਵਾਰੀ ਆਏ ਹਾਂ ਮੱਥਾ ਟੇਕਣ, ਜੇ ਕਦੋਂ ਮਨਾਉਂਦੇ ਆ, ਮੈਂ ਕਿਹਾ ਹਾੜ 'ਚ ਮਨਾਉਂਦੇ ਹੁੰਦੇ ਆ। ਹੋਲੀ ਦਿਵਾਲੀ 'ਤੇ ਤਾਂ ਮੈਂ ਕਿਹਾ ਮੱਥੇ ਵੀ ਆਉਂਦੇ ਹੀ ਆ ਟੇਕਣ, ਉਹ ਤਾਂ ਹਾੜ 'ਚ ਕਰਦੇ ਹੁੰਦੇ ਬਾਬੇ ਦਾ ਦਿਨ।
हाँ जी वो करते नहीं होंगे कि बाबे जग नहीं करते होंगे पता नहीं मेरा पूछा ही नहीं मैनू पुछती सी मैं असं तो पिंड च ही हाँ जब नाल वाले पिंड च होने मोटरसाइकिल से सी पहली बारी कहने आए हैं असं लो जी आप हूँ चेंज करके तो फिर करते हैं दोपहर के रूटीन का कम दाल मैं सवेर की और शाम की दो टाइम की बनाती सी क्योंकि अच्छ मत्था टेकन जाना सी बाकी कित जाने की सलाह सी पर उत्थे जा नहीं सके तो इस करके मैं सवेरे ही बनाती सी तो हूँ मैं भांडे साफ करने हैं उस तो बाद देखेंगे की करना थ्रैडिंग करनी थ्रैडिंग रही है थ्रैडिंग करनी है चलो जी मिलते हैं आप बाद हूँ मैं इस रूम के अलमारियों की सफाई करने वास्ते ये ना वाइट कलर दी करके बाहरों मैलियां जी बहुत हो जाएगी मैं क्या जी इन्हों साफ कर दी है दिवाली वेले साफ तो कीतियां सी पर फिर हाथ हुथ लगते रहते गंदियां जी हो जाए बहुत साफ हो गई कि नाल हूँ तो मूत मैट लगी हुई सी इसमें तो जी इधर अलमारियां भी साफ करती हैं तो गोदरेज भी वधिया साफ हो गई हूँ थोड़ी बहुत ही रही फिर मैं हम बाद करूँगी क्योंकि हम हो गया ट्यूशन का टाइम बताइए क्या बनाया लिख के नहीं ऐसे नहीं बोल के बताओ क्या बनाया खरगोश 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 हाँ जी दिख गया दिख गया क्या ना डाकू डाकू मंगल सिंह पता है मंगल सिंह कौन था क्या करेगी नोटों से क्या खरीदेगी नहीं भोला बाबा दे दे हमें पढ़ने की स्कीम ठीक है पढ़ने की स्कीम दे दे भोला बाबा नोट छापन की नहीं क्या बोला बाबा जी हमें बहुत बहुत पढ़ना आ जाए बैठ जा नीचे मस्ती कम पढ़ाई ज्यादा अच्छा ये कल 26 जनवरी पे बोलना है मटर पार्टी का वाला बना देंगे तुम्हें चलो जी ट्यूशन हो गई खत्म ते हुण आपा जा रहे सी कां चल वास्ते बंदे पहले पहुंच गए चलो 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 गाइयां नूं अंदर करता है क्योंकि ठंड काफ़ी है ना फिर टाइम सिर ही कर देता इधर आप पाने पहला पशुआ वाली फिर पशुआ वास्ते एक स्पैशली अलग पुराने जी जुत्ती रख रखी है वह पा ली दी है छटी मेरा नहीं क्या छड़दा मेरे जोर पता नहीं लगे गाइयां दिखा के गाइयां भी कैसा लत्ता दिखा दिया कर लगियां सही गल है नहीं मिलते फिर दाने ना ही पैंदा दुध तो फिर दाने ना ही मिलूगा ये भी चंगा चौसा पाल दी खान शाम का टाइम हो गया गुरुद्वारा साहब पाठ होने लग गया तो मैं हम करती धार तो बोली जाना बहुत सोहना लगता तो चलो जी अज का ब्लॉग तुम कि लग्या जरूर दस्यो वीडियो करो लाइक चैनल को सबसक्राइब मिलते हैं नैक्सट ब्लॉग सारे सत श्रीकाल जी बाय बाय।